ਸੁਹਾਗੇ ਤੇ ਬਹਿ ਗਏ ਜੀ ਅਸੀਂ ਹੁਣ, ਨਾਲੇ ਤਾਂ ਲੈ ਰਹੇ ਝੂਟੇ ਨਾਲੇ ਸੁਹਾਗੇ। ਬਾਬਾ ਜੀ ਝੋਟੀਆਂ ਚ ਆ ਰਿਹਾ ਜੀ, ਬਾਬੇ ਨੂੰ ਸ਼ਰਮ ਆ ਰਹੀ, ਉਹਨੇ ਇਸ ਕਰਕੇ ਮੂੰਹ ਲਪੇਟਿਆ ਜੀ। ਜੀ ਇੱਕ ਆ ਵੀ ਜ਼ਿਮੀਂਦਾਰ ਜੇ ਛੋਟਾ ਜ਼ਿਮੀਂਦਾਰ, ਇਹ ਮੱਝਾਂ ਚਰਾ ਰਿਹਾ ਜੀ। ਅਸਲਾਮ ਵਾਲੇਕੁਮ ਲਓ ਜੀ, ਪਰ ਕਣਕ ਦੀ ਬਿਜਾਈ ਹੋ ਰਹੀ ਹੈ ਜੀ, ਆਪਾਂ ਜੀ ਛੱਟਾ ਦੇ ਲਿਆ ਕਣਕ ਦਾ। ਕਿਹੜੀ ਸ਼ਹਿਰ ਦਾ ਛੱਟਾ ਦੇ ਰਹੇ ਜੀ? ਇਹ ਜੀ ਕਣਕ ਦਾ ਛੱਟਾ ਦਿੱਤਾ ਜਾ ਰਿਹਾ। ਅੱਛਾ ਜੀ, ਸਹੀ ਹੋ ਗਿਆ। ਬੱਤਰ ਆ ਗਿਆ ਜੀ? ਬੱਤਰ ਆ ਗਿਆ ਜੀ, ਆ ਦੇਖੋ ਹੁਣ ਮਿੱਟੀ ਤੋਂ ਛਿੱਟੀ ਹੋ ਗਈ ਆ, ਤੇ ਸਾਨੂੰ ਇਹ ਬੱਤਰ ਆ ਗਿਆ। ਠੀਕ ਹੋ ਗਿਆ। ਬਾਬਾ ਜੀ ਮੱਝਾਂ ਚਾਰ ਰਹੇ ਜੀ ਝੋਟੀਆਂ। ਬਾਬਾ ਜੀ ਝੋਟੀਆਂ ਚਾਰ ਰਿਹਾ ਜੀ, ਬਾਬੇ ਨੂੰ ਸ਼ਰਮ ਆ ਰਹੀ, ਉਹਨੇ ਇਸ ਕਰਕੇ ਮੂੰਹ ਲਪੇਟਿਆ ਜੀ। ਅਸੀਂ ਡੇਰੇ ਤੇ ਆ ਗਏ ਜੀ, ਇਹ ਦੇਸੀ ਡੇਰਾ ਜੀ। ਟਰੈਕਟਰ ਦਾ ਇੰਤਜ਼ਾਰ ਸੀ, ਟਰੈਕਟਰ ਆ ਗਿਆ ਜੀ। ਕਣਕ ਬੀਜਣੀ ਸ਼ੁਰੂ ਕਰਤੀ ਜੀ, ਟਰੈਕਟਰ ਰੇਹ ਲਵਾ ਰਿਹਾ ਪੈਲੀ। ਸੁਹਾਗੇ ਤੇ ਬਹਿ ਗਏ ਜੀ ਅਸੀਂ ਹੁਣ, ਨਾਲੇ ਤਾਂ ਲੈ ਰਹੇ ਝੂਟੇ ਨਾਲੇ ਸੁਹਾਗੇ ਤੇ ਬਹਿ ਗਏ ਜੀ। Thank you.
ਜੀ, ਇੱਕ ਆ ਵੀ ਜ਼ਿਮੀਦਾਰ ਜੇ ਛੋਟਾ ਜ਼ਿਮੀਦਾਰ, ਇਹ ਮੱਝਾਂ ਚਰਾ ਰਿਹਾ ਜੀ। ਇਹ ਜਿਹੜਾ ਢੱਗਾ ਭਜਾਉਂਦੇ F16 ਵਾਲੇ, ਉਹਨਾਂ ਦਾ ਮੁੰਡਾ ਜੀ, F16 ਦਾ ਮਾਲਕ ਹੈ ਜੀ। ਬਹੁਤ ਨਾਮਵਾਰ ਵੱਛਾ ਵਾ F16, ਬੜੇ ਕੱਪ ਮਾਰੇ ਜੀ ਉਹਨੇ। ਵੀ ਹਰ ਪਾਸੇ ਕਣਕ ਬੀਜੀ ਜਾ ਰਹੀ ਆ। ਕਹੋ ਬਾਬਾ ਦੇਖੋ, ਇਹ ਵੀ ਕਣਕ ਬੀਜ ਰਿਹਾ, ਉਹ ਪਰਾਂ ਬੱਕਰੀਆਂ ਚੱਲ ਰਹੀਆਂ ਨੇ, ਉੱਧਰ ਵੀ ਦੇਖੋ ਸਾਰੇ ਲੋਕ ਕਣਕ ਬੀਜ ਰਹੇ ਚਾਰ ਚਫੇਰ। ਹਮ